ਇਹ ਡੱਬਾ ਮੇਰਾ ਹਮਦਰਦ ਮੇਰਾ ਜੀਵਨ ਸਾਥੀ ਜਿਹੜਾ ਸਵੇਰ ਦੀ ਮੈਨੂੰ ਵਾਰ ਦੇਈ 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 ਆਪੂ ਵੀ ਦੁਖੀ ਹੋਇਆ ਤੇ ਮੈਨੂੰ ਵੀ ਦੁਖੀ ਕਰੀ ਜਾਇਆ ਕਰਦਾ ਇਹ ਹਾਲਾਤ ਨੇ ਸਾਡੇ ਪੱਖਿਆਂ ਕਨੇ ਨਾਰਾਜ਼ਗੀ ਚਲਾਦੀ ਕਿ ਕੋਈ ਡੱਬਾ ਫੜ ਲਿਆ ਨਹੀਂ ਫਿਰ ਉਸ ਗੱਲ ਉੱਪਰ ਆਈਏ ਤੇ ਫਿਰ ਤੇ ਬੜੀ ਚੰਗੀ ਗੱਲ ਹੈ ਕਿ ਸਾਨੂੰ ਸਾਡਾ ਬਚਪਨ ਯਾਦ ਆ ਗਿਆ ਪੱਖੀਆਂ ਚੋਲਦੇ ਸੀ ਕੋਠੇ ਉੱਪਰ ਜਾਂਦੇ ਸੀ ਨਾ ਤੇ ਮੰਜੀਆਂ ਉੱਪਰ ਪਾਣੀ ਤਰੋਂਗਦੇ ਸੀ ਰਾਤੀ ਸੋਣਾ ਉਹ ਦਿਨ ਵੀ ਆ ਗਏ ਨੇ ਇਸ ਪਰਤੀ ਆਈ ਉਹਦੇ ਪਰਤੀ ਆਈ ਮਜ਼ਾ ਆਈ ਉਹ ਦਿਨ ਵਾਪਸ ਦੇਖੀ ਬੰਦਾ ਹਿਮਾਚਲ ਜਾਂਦਾ ਨਹੀਂ ਇਡਲੋ ਜਿਸ਼ਲੋ ਜੀ ਘੁੰਮਣ ਜਾਂਦਾ ਨਹੀਂ ਤੇ ਉਸ ਟਾਈਮ ਤੇ ਜਿਹੜਾ ਲੁਤਫ ਹੁੰਦਾ ਕਿ ਯਾਰ ਇਹ ਧੁੰਦ ਆਈ ਹੈ ਤੇ ਆ ਸਾਰੇ ਉਹਦੇ 'ਚ ਕੀ ਕਰਨੇ ਆ ਫੋਟੋਆਂ ਖਿਚਾਉਂਦੇ ਆ ਸੈਲਫੀ ਹੁਣ ਉਹ ਹਾਲਤ ਹੋ ਗਈ ਦੀ ਸਾਡੀ ਜੰਮੂ ਵਾਲਿਆਂ ਦੀ ਲੋਕਲ ਦੁਕਾਨਦਾਰਾਂ ਦੀ 2 ਮਿੰਟ ਲਾਈਟ ਆਉਂਦੀ ਹੈ ਨਾ ਤੇ ਕੂਲਰ ਦੇ ਅੱਗੇ ਹੀ ਆ ਮੂੰਹ ਕਰੀ ਬੈਠੀ ਜਾਂਦੇ ਆ ਕਿ 2 ਮਿੰਟ ਇਹਦਾ ਲੁਤਫ ਲੈ ਲਈਏ ਦੇਖੋ ਜੀ ਕੂਲਰ ਖਰਾਬ ਬਾਕੀ ਜਿਹੜੇ ਆਪਣੇ ਬਿੱਲ ਪੇ ਨਹੀਂ ਕਰਦੇ ਜਿਹਨਾਂ ਨੇ ਘੁੰਡੀਆਂ ਪਾਈ ਦੀਆਂ ਉਹਨੇ ਤੁਸੀਂ ਕੱਟੋ ਰਿਲੀਫ ਤਾਂ ਦਿਓ ਬਾਕੀ ਸੁੱਖ ਸਾਡੇ ਲੋਕਾਂ ਹੀ ਜਿਹੜਾ ਟਾਈਮਲੀ ਜਿਹੜਾ ਬਿੱਲ ਪੇ ਕਰਾਉਣੇ ਆ ਸਾਡਾ ਕੀ ਕਸੂਰ ਹੈ ਨਮਸਤੇ ਆਉਂ ਪ੍ਰਗਿਆ ਸਲੋਤਰਾ ਸਿੱਧੀ ਲਕੀਰ ਉੱਪਰ ਤੁਸੀਂ ਸਾਰੇ ਲੋਕਾਂ ਦਾ ਮਤਾ ਮਲਾਰ ਕਰਨੀ ਆ ਲੂ ਇੰਨੀ ਪਵਾ ਦੀ ਗਰਮੀ ਇੰਨੀ ਪਵਾ ਦੀ ਔਰ ਉਸ ਗਰਮੀ ਦੇ ਚਲਦੇ ਬੰਦੇ ਰਾਤ ਕਿੱਥੋਂ ਮਿਲਦੀ ਹੈ ਜੁੱਲੇ ਕਮਰੇ 'ਚ ਪੱਖਾ ਚਲਾਦਾ ਹੋ ਏ ਸੀ ਚਲਾਦਾ ਹੋ ਨਾ ਕਿ ਹੱਥਾਂ 'ਚ ਤੁਸੀਂ ਪੱਖੀਆਂ ਜਿਹੜੀਆਂ ਉਹ ਫੜਨੀ ਭੇਜੀਆਂ ਕਿ ਇਸ ਵੇਲੇ ਆਂਟੀ ਨੇ ਗੱਤਾ ਫੜੇ ਦਾ ਔਰ ਉਹ ਝੋਲਾ ਦੇ ਠੀਕ ਹੈ ਇੱਥੋਂ ਸਾਫ਼ ਪਤਾ ਲੱਗਦਾ ਬੱਤੀ ਜਿਹੜੀ ਹੈ ਉਹ ਨਹੀਂ ਹੈ ਤਾਂ ਮੈਂ ਇਸ ਵੇਲੇ ਹਾਂ ਪਟੇਲ ਬਾਜ਼ਾਰ ਔਰ ਮੈਂ ਤੁਸੀਂ ਕੀ ਦੱਸਾਂ ਨਹੀਂ ਲੋਕਾਂ ਦਾ ਹਾਲ ਤਾਂ ਦੇਖਦੇ ਰਹੋ ਤੁਸੀਂ ਕਨੇ ਦੇ ਕਨੇ ਗੱਲਬਾਤ ਵੀ ਕਰਨੀ ਆ ਪੁੱਛਣਾ ਕੁੱਲ ਦੀ ਬੱਤੀ ਜਿਹੜੀ ਉਹ ਨਹੀਂ ਆ ਰਹੀ ਅਤੇ ਨਮਸਤੇ ਆਂਟੀ ਪਹਿਲਾਂ ਮੈਨੂੰ ਨਾਂ ਦੱਸੋ ਮੇਰਾ ਨਾਮ ਹੈ ਰਮਾ ਜੀ ਆਂਟੀ ਤੁਸੀਂ ਮੈਨੂੰ ਇਹ ਦੱਸੋ ਇਹ ਗੱਤਾ ਕੁੱਲ ਦਾ ਝੋਲਾ ਹੈ ਕਿੰਨੇ ਦਾ ਝੋਲਾ ਹੈ ਮੈਂ ਕੋਈ ਆਈ ਕੋਈ 2:15 ਕਨੇ ਮੈਂ ਉਸ ਲਈ ਝੋਲਾ ਰਹੀ ਗਿਆ ਲਾਈਟ ਹੀ ਨਹੀਂ ਦਿਖੀ ਮੈਨੇ ਹੁਣੇ 2 ਲਾਈਟ ਰਹੀ ਤਾਂ ਫਿਰ ਤੇ ਉਹ ਗਾਗਰੇ ਵਾਲਾ ਸੌਂ ਆਈ ਜਾਣਾ ਬੱਚਿਆਂ ਦਾ ਕੀ ਹਾਲ ਹੈ ਬੱਚੇ ਦਾ ਇਹ ਮਤਲਬ ਕਿ ਆਨਲਾਈਨ ਕਲਾਸਾਂ ਲੱਗੀਆਂ ਸਵੇਰੇ ਦੀਆਂ ਕਲਾਸ ਕੋਈ ਨਹੀਂ ਅਟੈਂਡ ਹੋਈ ਬੱਚਿਆਂ ਦੀ ਕੀ ਹੈ ਕਿ ਮੋਬਾਈਲ ਕੇ ਚਾਰਜ ਹੋਣ ਤੇ ਕਲਾਸਾਂ ਲੱਗਦੀਆਂ ਨੇ ਇੰਨੀਆਂ ਕਿੰਨੀਆਂ ਲੱਗਣੀਆਂ ਨੇ ਵੀਰ ਜੀ ਨਾ ਕੇ ਦਿੰਦਾ ਅਜੇ ਸਰੀਨ ਤੁਸੀਂ ਮੈਨੂੰ ਇਹ ਦੱਸੋ ਬੱਤੀ ਦੇ ਇੰਨੇ ਕੱਟ ਹੋ ਆਦੇ ਨੇ ਬਾਜ਼ਾਰਿਆਂ 'ਚ ਜੰਮੂ ਦੇ ਹਰ ਇੱਕ ਇਲਾਕੇ 'ਚ ਕਿੰਨੀ ਦਿੱਕਤ ਆ ਰਹੀ ਇੱਕ ਆਮ ਬੰਦੇ ਦੀ ਤੁਸੀਂ ਪਹਿਲੇ ਇਹ ਸੁਣਾਓ ਫਿਰ ਬਾਅਦ 'ਚੋਂ ਆਖੋ ਸੁਣਾਓ ਕਿ ਸਰਕਾਰ ਦੇ ਅੱਗੇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪਹਿਲੀ ਗੱਲ ਤਾਂ ਗਰਮੀ ਦਾ ਮੌਸਮ ਚੱਲੇ ਕਰਦਾ ਹੈ ਇੰਨੀ ਗਰਮੀ ਪੈ ਕਰਦੀ ਹੈ ਬਿਨਾਂ ਬੱਤੀ ਦੇ ਬਿਨਾਂ ਪੱਖੇ ਦੇ ਬਿਨਾਂ ਏਸੀ ਦੇ ਜੀਣਾ ਮੁਸ਼ਕਿਲ ਹੋ ਗਿਆ ਬੈਠੇ ਬੈਠੇ ਕਮਰੇ 'ਚ ਪਸੀਨਾ ਕੱਲ੍ਹ ਪੂਰੀ ਰਾਤ ਲਾਈਟ ਨਹੀਂ ਆਈ ਹੈ ਸਿਟੀ 'ਚ ਜੰਮੂ ਸ਼ਹਿਰ ਦੇ ਵਿੱਚ ਮਾਰਕੀਟ ਅੱਜ ਪੂਰੀ ਖੁੱਲ੍ਹੀ ਦੀ ਹੈ ਲਾਈਟ ਹੀ ਨਹੀਂ ਹੈ ਕਿਸੇ ਵੀ ਦੁਕਾਨ 'ਚ ਨਾ ਲਾਈਟਿੰਗ ਹੈ ਨਾ ਕਸਟਮਰਸ ਹੈ ਕਾਫੀ ਪ੍ਰੋਬਲਮ ਆਈ ਕਰਦੀਆਂ ਅਤੇ ਨਾਲੇ ਸਰਕਾਰ ਕਹਿੰਦੀ ਤਾਂ ਪਈ ਹੈ ਕਿ ਸਰਕਾਰੀ ਇਗਜ਼ਾਮਸ ਦਿਓ ਗੌਰਮੈਂਟ ਪੋਸਟਾਂ ਦੀ ਗੱਲ ਕਰਦੀ ਹੈ ਅਤੇ ਕੰਨੇ ਬੱਤੀ ਨਹੀਂ ਹੈ ਬੱਚੇ ਪੜ੍ਹਨ ਤਾਂ ਪੜ੍ਹਨ ਕਿੱਧਰੋਂ ਇਹਨਾਂ ਸਾਰੇ ਕੰਪੀਟੀਟਿਵ ਇਗਜ਼ਾਮਸ ਨੇ SI ਦੇ ਇਗਜ਼ਾਮਸ ਨੇ ਬਾਕੀ ਬੈਂਕ ਦੇ ਇਗਜ਼ਾਮਸ ਨੇ ਜਿਹੜੇ ਵੀ ਇਗਜ਼ਾਮਸ ਨੇ ਬੱਚਿਆਂ ਨੇ ਤਿਆਰੀ ਕਰਨੀ ਹੈ ਐਟਲੀਸਟ ਲਾਈਟ ਤਾਂ ਬੇਸਿਕ ਫੈਸਿਲਿਟੀ ਹੈ ਸਰਕਾਰ ਕਰੇ ਕਰਦੀ ਹੈ ਪ੍ਰਾਈਵੇਟਾਈਜੇਸ਼ਨ ਕੀਤੀ ਦੀ ਹੈ ਲਾਈਟ ਨਹੀਂ ਜਾਏਗੀ ਇੱਕ ਗਰਮੀਆਂ 'ਚ ਇਹ ਹਾਲ ਹੈ ਮੇਨ ਬਾਜ਼ਾਰਾਂ ਦਾ ਵੀ ਬੁਰਾ ਹਾਲ ਹੈ ਪੀਕ ਸੀਜ਼ਨ ਚੱਲੇ ਕਰਦੇ ਇਸ ਲਈ ਕਿ ਕਹਿੰਦੇ ਪਹਿਲੇ ਵੀ ਮਾਰਕੀਟਾਂ ਬੰਦ ਹੋਈਆਂ ਏਸੀ ਬੜੇ ਲਾਏ ਰਹਿੰਦੇ ਲੋਡ ਹੁੰਦਾ ਫਿਰ ਨਹੀਂ ਟ੍ਰਾਂਸਫਾਰਮ ਜਿਹੜਾ ਉਹ ਸੜੀ ਜਾਂਦਾ ਟ੍ਰਾਂਸਫਾਰਮਰ ਉਸ ਲੋਡ ਦੇ ਹਿਸਾਬ ਨਾਲ ਲੈਣਾ ਚਾਹੀਦਾ ਨਾ ਬਿੱਲ ਸਾਰੇ ਭਰੇ ਕਰ ਦੇਣ ਪੂਰਾ ਪੂਰਾ ਜਿੰਨਾ ਲੋਡ ਹੈ ਜਿੰਨਾ ਬਿੱਲ ਆਏਗਾ ਮੀਟਰ ਲੱਗੇ ਦੇਣ ਉਸ ਹਿਸਾਬ ਨਾਲ ਸਾਰੇ ਬਿੱਲ ਭਰੇ ਕਰ ਦੇਣ ਅਤੇ ਫਿਰ ਲਾਈਟ ਦੇਣ 'ਚ ਕੀ ਪ੍ਰੋਬਲਮ ਹੈ ਸਰਕਾਰ ਨੂੰ ਇਹ ਤਾਂ ਬੇਸਿਕ ਨੈਸੈਸਿਟੀ ਅੱਜ ਦੀ ਡੇਟ 'ਚ ਬਿਨਾਂ ਬਿਜਲੀ ਦੇ ਬਿਨਾਂ ਪਾਣੀ ਦੇ ਅੱਜ ਕੱਲ੍ਹ ਤਾਂ ਗਾਓ ਗਾਓ 'ਚ ਗੌਰਮੈਂਟ ਕਹਿੰਦੀ ਹੈ ਕਿ ਬਿਜਲੀ ਪੁੱਜੀ ਇਹਦੀ ਪਾਣੀ ਇੱਧਰ ਸ਼ਹਿਰ ਦੀ ਇਹ ਹਾਲਤ ਹੈ ਮੇਨ ਸ਼ਹਿਰ ਦੇ ਵਿੱਚੋਂ ਵਿੱਚ ਨਹੀਂ ਬਿਜਲੀ ਹੈ ਅਤੇ ਬਾਕੀ ਗ੍ਰਾਂ ਦੀ ਤਾਂ ਗੱਲ ਹੀ ਦੱਸੋ ਗਰਾਊਂਡ 'ਚ ਇਹ ਰਿਐਲਿਟੀ ਹੈ ਨਾ ਕੀ ਦਿੰਦਾ ਮੇਰਾ ਨਾਂ ਸ਼ਾਲੀਨ ਗੁਲਾਟੀ ਮੈਂ ਪੁਰਾਣੀ ਮੰਡੀ ਦਾ ਇੱਕ ਦੁਕਾਨਦਾਰ ਤੇ ਮੈਂ ਦੇਖਿਆ ਤੁਸੀਂ ਦੂਰੋਂ ਡੱਬਾ ਇਹ ਡੱਬਾ ਜਿਹੜਾ ਤੁਸੀਂ ਦਿਖਾ ਰਹੇ ਹੋ ਹੱਥ 'ਚ ਇਹ ਡੱਬਾ ਝੋਲਦੇ ਝੋਲਦੇ ਆ ਰਹੇ ਕੀ ਗੱਲ ਹੈ ਸਵੇਰੇ ਦੀ ਬੱਤੀ ਆਈ ਦੀ ਨਹੀਂ ਹੈ ਜਾਂ ਮਸਾ ਮਸਾ ਗਈ ਹੈ ਇਹ ਡੱਬਾ ਮੇਰਾ ਹਮਦਰਦ ਮੇਰਾ ਜੀਵਨ ਸਾਥੀ ਜਿਹੜਾ ਸਵੇਰ ਦੀ ਮੈਨੂੰ ਵਾਰ ਦੇਈ 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 ਆਪੂ ਵੀ ਦੁਖੀ ਹੋ ਜਾਂਦਾ ਤਾਂ ਮੈਨੂੰ ਵੀ ਦੁਖੀ ਕਰੀ ਜਾਇਆ ਕਰਦਾ ਇਹ ਹਾਲਾਤ ਨੇ ਸਾਡੇ ਪੱਖਿਆਂ ਕਨੇ ਨਾਰਾਜ਼ਗੀ ਚਲਾ ਦੀ ਕਿ ਕੋਈ ਡੱਬਾ ਫੜ ਲਿਆ ਨਹੀਂ ਫਿਰ ਉਸ ਗੱਲ ਉੱਪਰ ਆਈਏ ਤਾਂ ਫਿਰ ਤਾਂ ਬੜੀ ਚੰਗੀ ਗੱਲ ਹੈ ਕਿ ਸਾਨੂੰ ਸਾਡਾ ਬਚਪਨ ਯਾਦ ਆ ਗਿਆ ਪੱਖੀਆਂ ਝੋਲਦੇ ਸੀ ਕੋਠੇ ਉੱਪਰ ਜਾਂਦੇ ਸੀ ਨਾ ਤੇ ਮੰਜੀਆਂ ਉੱਪਰ ਪਾਣੀ ਤਰੋਂਗਦੇ ਸੀ ਰਾਤੀ ਸੋਣਾ ਉਹ ਦਿਨ ਵੀ ਆ ਗਏ ਨੇ ਇਸ ਪਰਤੀ ਆਈ ਉਹਦੇ ਪਰਤੀ ਆਈ ਹੈ ਮਜ਼ਾ ਆਈ ਉਹ ਦਿਨ ਵਾਪਸ ਦੇਖੀਏ ਕਿ ਪਸੀਨਾ ਵੀ ਕਿਵੇਂ ਚੁੰਦਾ ਇੱਧਰੋਂ ਲਈਏ ਥੱਲੇ ਪੈਰਾਂ ਤੱਕ ਪਸੀਨਾ ਹੀ ਪਸੀਨਾ ਅਤੇ ਤਾੜੀਆਂ ਇਸ ਸਰਕਾਰ ਨੂੰ ਜਿਹੜਾ ਬਿਜਲੀ ਦਾ ਬਿੱਲ ਮੈਨੂੰ ਅੱਜ ਤੱਕ ਇੱਕ ਚੀਜ਼ ਦੀ ਸਮਝ ਨਹੀਂ ਆਈ ਅੱਜ ਦੇ ਟਾਈਮ 'ਤੇ ਮੈਨੂੰ ਕੋਈ ਇੱਕ ਬੰਦਾ ਜਵਾਬ ਦੇ ਦੇ ਕਿ ਇਹ ਬੱਤੀ ਵਾਲੇ ਜਿਹੜੇ ਸਾਨੂੰ ਬਿੱਲ ਭੇਜਦੇ ਨੇ ਅੱਜ ਮੈਨੂੰ ਇੱਧਰ ਦੁਕਾਨ 'ਤੇ ਬੈਠਦੇ ਘੱਟ ਤੋਂ ਘੱਟ ਵੀ 22 ਜਾਂ 24 ਸਾਲ ਹੋ ਗਏ ਨੇ ਇਹਨਾਂ ਨੂੰ ਆਪਣੀ ਦੁਕਾਨ ਦੇ ਅੰਦਰ ਆਉਂਦੇ ਮੈਂ ਕਦੇ ਮੀਟਰ ਚੈੱਕ ਕਰਦੇ ਨਹੀਂ ਦੇਖਿਆ ਕਿ ਤੁਹਾਡੀ ਰੀਡਿੰਗ ਕਿੰਨੀ ਹੋਈ ਦੀ ਹੈ
ਇਹਨਾਂ ਨੂੰ ਸੁਖਣਾ ਦਾ ਵੀ ਜਿਹੜਾ ਬਿੱਲ ਭੇਜਦੇ ਨੇ ਮੈਨੂੰ ਪਹਿਲੇ ਇੱਕ ਗੱਲ ਦਾ ਇਹਦਾ ਜਵਾਬ ਦਿਓ ਹਾਂ ਕੋਈ ਨਹੀਂ ਆਉਂਦਾ ਉੱਥੇ ਰੀਡਿੰਗ ਅੱਜ ਤੱਕ ਇਸ ਬਾਜ਼ਾਰ ਦੇ ਵਿੱਚ ਸ਼ਰਤ ਲਗਾ ਲਓ ਕਿ ਕੋਈ ਦੁਕਾਨਦਾਰ ਦੇ ਅੰਦਰ ਦੁਕਾਨ ਦੇ ਅੰਦਰ ਆ ਕੇ ਕੋਈ ਬਿਜਲੀ ਵਾਲਾ ਕਦੇ ਮੀਟਰ ਰੀਡਿੰਗ ਉਹਨੇ ਲਈ ਹੋਏ ਫਿਰ ਉਸ ਸੁਖਣਾ ਕੀ ਆਉਂਦਾ ਕਿ ਇਹਦਾ ਬਿੱਲ 1200 ਬਣੇ ਦਾ ਇਹਦਾ 600 ਬਣੇ ਦਾ ਕਿੰਨਾ ਆਉਂਦਾ ਤੁਹਾਡਾ ਮਹੀਨੇ ਦਾ ਬਿੱਲ ਸਾਡਾ ਤੇ ਆਏ ਦਾ 1200-1300 ਰੁਪਏ ਦੇ ਕਰੀਬ ਆ ਹੀ ਜਾਂਦੇ ਚਲੋ ਉਹ ਤੇ ਦੇਣਾ ਹੀ ਦੇਣਾ ਕੋਈ ਗੱਲ ਨਹੀਂ ਭੁੱਖੀ ਸਰਕਾਰ ਹੈ ਹਰ ਜਗ੍ਹਾ ਮੰਗਦੀ ਰਹਿੰਦੀ ਹੈ ਮੰਦਿਰ ਬਣਾਉਣਾ ਤਾਂ ਵੀ ਮੰਗਦੀ ਰਹਿੰਦੀ ਇਹਦੇ ਤੇ ਕੰਮ ਹੀ ਮੰਗਣਾ ਛੱਡੀ ਉਹ ਉਸ ਗੱਲ ਹੀ ਤੁਸੀਂ ਇਹ ਦੱਸੋ ਕਿ ਦਿਹਾੜੀ 'ਚ ਕਿੰਨੇ ਵਾਰੀ ਕੱਟ ਜਿਹੜਾ ਉਹ ਲੱਗੀ ਜਾਂਦਾ ਇਸ ਬਾਜ਼ਾਰ 'ਚ ਮਤਲਬ ਕਿ ਦਿਹਾੜੀ 'ਚ ਕਿੰਨੇ ਮਿੰਟ ਲਾਈਟ ਆਉਂਦੀ ਹੈ ਨਹੀਂ ਕਿੰਨੇ ਵਾਰੀ ਜਾਂਦੀ ਹੈ ਆਉਂਦੀ ਦੀ ਗੱਲ ਕਰੋ ਜਾਂਦੀ ਦੀ ਜਾਂਦੀ हिमाचल जांदा नी इडलो जिशलो जी घूमन जांदा नी ते उस टाइम ते जेड़ा लुत्फ हुंदा है कि यार ये धुंद आई है ते अस सारे उहदे च की करने आ फोटो खिचाने आ सेल्फी हुण ओह हालत हो गई दी साडे जम्मू वालिआं दी लोकल दुकानदारां दी दो मिंट लाइट आउंदी है ना कूलर दे अगे इयां मूंह करी बैठी जाने कि दो मिंट दा लुत्फ ले लिए देखो जी कूलर खराब हो गए लोगों के फ्रिज खराब हो गए ट्रांसफार्म खराब हो गए एसी लोगों के बेचारे के खराब हो गए लेकिन ये कुछ गलतियां साढ़े जम्मू के डोगरियां दी भी है जिहड़े कुंडियां शुंडियां पाइए जां दो नंबर की बिजली यूज करिए गलती आउंदी सफर आम इंसान देखो ये तुसीं ये नहीं आखी सकते कुछ ना समझ दे बाहर है गल कि गलती कोई करे तो भरे कोई साड़ी के गलती है अस्ते टाइम तो बिल भी देने सब कुछ देने ਤੁਸੀਂ ਮੈਨੂੰ ਇਹ ਦੱਸਿਆ ਸੀ ਤਾਂ ਤੁਸੀਂ ਦੱਸਿਆ ਕਿ ਦੁਕਾਨਾਂ 'ਚ ਕਿਹੜੇ ਸ਼ਾਲ ਹੁੰਦਾ ਜੁੱਲੇ ਬੱਤੀ ਆਉਂਦੀ ਹੈ ਤੁਸੀਂ ਕੂਲਰ ਦੇ ਅੱਗੇ ਜਿਹੜਾ ਉਹ ਮੂੰਹ ਕਰੀਏ ਬਈ ਇਹਨਾਂ ਨੇ ਘਰ ਬੱਚਿਆਂ ਕੰਨੇ ਘਰ ਦੇ ਲੋਕਾਂ ਕੰਨੇ ਕਿਹੜੇ ਸ਼ਾਲ ਹੋ ਆਉਂਦੇ ਮੈਡਮ ਸਵੇਰੇ ਦਾ ਚੌਥੀ ਵਾਰ ਲਾੜੀ ਦਾ ਫੋਨ ਆ ਗਿਆ ਫ੍ਰਿਜ ਖਰਾਬ ਹੋ ਗਿਆ ਕੀ ਆਖਾਂ ਮੈਂ ਉਸੀ ਮੈਂ ਪਲੀਏ ਲੋਕੇ ਫ੍ਰਿਜ ਖਰਾਬ ਕੇ ਹੁਣ ਆਖਾਂ ਦੀ ਵੱਡਾ ਫ੍ਰਿਜ ਲੈਣਾ ਮੈਂ ਵੱਡਾ ਲੈਂਗੀ ਤੇ ਤੂੰ ਵੀ ਖਰਾਬ ਹੋ ਜਾਣਾ ਲਾਈਟ ਹੀ ਨਹੀਂ ਹੋਏਗੀ ਤਾਂ ਕੀ ਕਰਾਂਗੇ ਅਸਲ ਕੀ ਹੈ ਮਤਲਬ ਕਿ ਜੀਆਂਗੇ ਇਹ ਕੋਈ ਉਹ ਪੁਰਾਣਾ ਟਾਈਮ ਥੋੜ੍ਹੇ ਚੱਲੇ ਕਰਦਾ ਕਿ ਮੁਗਲਾਂ ਦਾ ਟਾਈਮ ਕਿ ਹਾਂ ਬਈ ਉਹ ਘੋੜਿਆਂ ਉੱਪਰ ਰੇਤਿਆਂ ਉੱਪਰ ਜਿੱਧਰ ਡੀਲ ਕਰੇ ਤਾਂ ਅੱਜ ਕੱਲ੍ਹ ਲਾਈਫ ਸਟਾਈਲ ਲੋਕਾਂ ਦੇ ਚੇਂਜ ਹੋਏ ਨੇ ਲੋਕਾਂ ਕੋਲ ਅਗਰ 4 ਪੈਸੇ ਹੈ ਨਾ ਤਾਂ ਲੋਕ ਉਹਦਾ ਫਾਇਦਾ ਲੈਣਾ ਚਾਹੁੰਦੇ ਲੇਕਿਨ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਇੱਕ ਐਸੀ ਸਟੇਟ ਹੈ ਜਿਵੇਂ ਦਿੱਲੀ ਹੈ ਸਾਡਾ ਕੰਮ ਹੈ ਦਿੱਲੀ ਦਾ ਮੈਨੂੰ ਨਹੀਂ ਲੱਗਦਾ ਕਿ ਅਗਰ ਮੈਂ ਦਿੱਲੀ 4 ਦਿਨ ਵੀ ਲਗਾ ਕੇ ਆਉਣਾ ਉੱਧਰ 5 ਮਿੰਟ ਵੀ ਲਾਈਟ ਬੰਦ ਹੁੰਦੀ ਹੋਏ ਦਿੱਲੀ ਲਾਈਟ ਬੰਦ ਹੈ ਔਰ ਫ੍ਰੀ ਆਫ ਕਾਸਟ ਉੱਧਰ ਲਾਈਟ ਫ੍ਰੀ ਕਰ ਦਿੱਤੀ ਕੇਜਰੀਵਾਲ ਨੇ ਫ੍ਰੀ ਦੀ ਜਾਏਗਾ ਪੰਜਾਬ ਦੇ ਵਿੱਚ ਵੀ ਉਹ ਆਖੇ ਕਰਦੇ ਮੈਂ ਫ੍ਰੀ ਦਾਂਗਾ ਸਾਡੀ ਹਲੇ ਨੂੰ ਕੀ ਹੁੰਦਾ ਮਾਸਾ ਹਰੀ ਵਾਹ ਚੱਲਦੀ ਤੇ ਤਰ 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 ਸਾਰੀ ਲਾਈਟ ਬੰਦ ਪੇੜ ਬੂਟੇ ਡਿੱਗੀ ਏ ਉਹ ਤਾਰਾਂ ਰੋਡਾਂ ਉੱਪਰ ਡਿੱਗੀਆਂ ਉਹ ਕੱਲ੍ਹ ਮੈਂ ਇੱਕ ਦੋ ਦੇਖੇ ਵਿਚਾਰੇ ਦੋ ਮੁੰਡੇ ਮੋਟਰਸਾਈਕਲ ਉੱਪਰ ਹੁੰਦੇ ਉੱਪਰ ਤਾਰ ਡਿੱਗੀ ਮਰੀਏ ਵਿਚਾਰੇ ਇਹ ਤਾਂ ਹਾਲਾਤ ਆ ਸਰ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੀ ਜਿੰਨੇ ਵੀ ਸਾਡੇ ਪੌਸ਼ ਇਲਾਕੇ ਨੇ ਅਮੂਮਨ ਸਾਰੇ ਲਗਾਓ ਤੁਸੀਂ ਹਰ ਇੱਕ ਖੰਭੇ ਦੇ ਉੱਪਰ ਗੌਰਮੈਂਟ ਨੇ ਇੱਕ ਬਿਜਲੀ ਦੇ ਉਹ ਮੀਟਰ ਬਾਕਸ ਜਿਹੇ ਲਗਾਏ ਸੀ ਕਿ ਚਾਰ ਚਾਰ ਘਰਾਂ ਨੂੰ ਕਨੈਕਟੀਵਿਟੀ ਜਾਂ ਪੰਜ ਪੰਜ ਅੱਜ ਮੇਰੇ ਖਿਆਲ ਨਾਲ 95% ਉਹ ਸਾਰਿਆਂ ਨੂੰ ਅੱਗ ਲੱਗ ਗਈ ਹੈ ਇੱਕ ਵੀ ਉਹ ਮੀਟਰ ਹੁਣ ਫਿਰ ਉਹੀ ਪੁਰਾਣੇ ਟਾਈਮ ਹੀ ਆ ਸਿੱਧਾ ਜੋੜੀਏ ਲੋਕਾਂ ਨੇ ਲਾਈਟ ਦੇਈ ਹੈ ਕਿਤੇ ਇਹਦੀ ਨਲਾਇਕੀ ਹੈ ਸਰਕਾਰ ਦੀ ਇਹਦੇ ਵਿੱਚ ਇਹ ਨਹੀਂ ਆਖਦੇ ਕਿ ਗਰਮੀ ਜ਼ਿਆਦਾ ਗਰਮੀ ਹੈ ਤਾਂ ਕਿਹਾ ਹੈ ਤੁਸੀਂ ਪੈਸੇ ਲੈਂਦੇ ਹੋ ਇੰਨੇ ਇੰਨੇ ਤੁਹਾਡੇ ਕੋਲ ਫੰਡਸ ਆਉਂਦੇ ਨੇ ਅਤੇ ਅੱਛੀ ਚੀਜ਼ ਬੈਸਟ ਚੀਜ਼ ਯੂਜ਼ ਕਰੋ ਨਾ ਤੁਸੀਂ ਕਿਉਂ ਨਹੀਂ ਕਰਦੇ ਹੋ ਆਪਣੀ ਜੇਬਾਂ ਭਰਨ ਵਾਸਤੇ ਤੁਸੀਂ ਲੋਅ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰੇ ਕਰਦੇ ਹੋ ਅਤੇ ਉਹਦੇ ਵਿੱਚ ਮੇਰੀ ਕੀ ਗਲਤੀ ਹੈ ਮੈਂ ਕਿਉਂ ਸਫ਼ਰ ਕਰਾਂ ਅਗਰ ਮੈਂ ਬਿੱਲ ਦੇ ਕਰਨਾ ਆਪਣਾ ਗੁਜ਼ਾਰਾ ਹੋ ਜਾਂਦਾ ਇੱਕ ਹਿੰਦੀ ਵਿੱਚ ਥੋੜ੍ਹੀ ਸੀ ਬਾਤ ਕਰਦੇ ਹਾਂ ਆਪਣਾ ਗੁਜ਼ਾਰਾ ਹੋ ਜਾਂਦਾ ਜਬ ਘਰ ਮੇਂ ਬੱਚੋਂ ਕੋ ਦੇਖੋ ਨਾ ਉਹ ਥੋੜ੍ਹਾ ਸਾ ਸਫ਼ਰ ਕਰਦਾ ਕਿ ਪਾਪਾ ਇਤਨਾ ਅੱਛਾ ਘਰ ਵੀ ਲਿਆ ਹੋਇਆ ਹੈ ਸਭ ਕੁਛ ਹੈ ਲੇਕਿਨ ਇਹ ਚਲਤੇ ਕਿਉਂ ਨਹੀਂ ਹੈ ਪਾਪਾ ਅਬ ਪਾਪਾ ਉਹਨੂੰ ਕਿਹਾ ਸਮਝਾਇਆ ਬੱਚੇ ਕਿ ਇਸਮੇਂ ਪਾਪਾ ਕੀ ਵੀ ਕੋਈ ਗਲਤੀ ਨਹੀਂ ਹੈ ਤਾਂ ਬੱਚੋਂ ਕਾ ਦੇਖ ਕਰ ਥੋੜ੍ਹਾ ਸਾ ਆਉਣੇ ਵਾਲੇ ਟਾਈਮ ਪਰ ਤਖਤਾ ਪਲਟ ਹੋਤੇ ਟਾਈਮ ਨਹੀਂ ਲੱਗੇਗਾ ਇਸ ਸਰਕਾਰ ਦੇ ਤਾਂ ਕੀ ਹੁੰਦਾ ਵਿਕਾਸ ਤੁਸੀਂ ਇਹ ਦੱਸੋ ਤੁਸੀਂ ਕਿਹੜੇ ਇਲਾਕੇ ਰਹਿੰਦੇ ਹੋ ਬਖਸ਼ੀਨਗਰ ਬਖਸ਼ੀਨਗਰ ਰਹਿੰਦੇ ਹੋ ਬਖਸ਼ੀਨਗਰ ਬੱਤੀ ਰਹਿੰਦੀ ਜਾਂ ਬੰਦ ਕੇ ਰਹਿੰਦੀ ਉੱਥੇ ਵੀ ਬੰਦ ਕੇ ਰਹਿੰਦੀ ਹੈ ਐਸੀ ਇਹ ਚੀਜ਼ ਦੀ ਗੱਲ ਨਹੀਂ ਹੈ ਕਿ ਬੰਦ ਕੇ ਰਹਿੰਦੀ ਅੱਜ ਤੇ ਬਿਲਕੁਲ ਪੂਰਾ ਦਿਨ ਗਾ ਬੰਦ ਰਹੀ ਆਉਣੇ ਦਾ ਕੋਈ ਚਾਂਸ ਹੀ ਨਹੀਂ ਹੈ ਕਿ ਨਹੀਂ ਅੱਛਾ ਪੱਖਾ ਦੇਖੋ ਅਸੀਂ ਬੈਠੇ ਦੇ ਹਾਂ ਗਰਮੀ ਵਿੱਚ ਗਏ ਬੈਠੇ ਦੇ ਹਾਂ ਕਸਟਮਰ ਤਾਂ ਪਹਿਲਾਂ ਹੀ ਨਹੀਂ ਹੈ ਤੁਸੀਂ ਕੀ ਇਹ ਦੱਸੋ ਗਰਮੀ ਲੱਗਾ ਜੀ ਬਿਲਕੁਲ ਜੀ ਬੜੀ ਗਰਮੀ ਕਿੰਨੀ ਲੱਗਾ ਬਹੁਤ ਜ਼ਿਆਦਾ ਗਰਮੀ ਲੱਗਾ ਕਿ ਸ਼ਰਟ ਵੀ ਕੱਲੀ ਗਿੱਲੀ ਹੋਈ ਜਿਹੜੇ ਪਾਈ ਦੀ ਹੈ ਬਿਲਕੁਲ ਜੀ ਅੱਛਾ ਕੱਲ੍ਹ ਰਾਤੀ ਵਰਖਾ ਪਈ ਸੀ ਉਹਦੇ ਬਾਅਦ 'ਚ ਬੱਤੀ ਜਿਹੜੀ ਹੈ ਉਹ ਹੈ ਹੀ ਦੰਦ ਘਾ ਰਹੀ ਹੈ ਨਹੀਂ ਹੈ ਬਿਲਕੁਲ ਜੀ ਬੱਤੀ ਬਿਲਕੁਲ ਉਸ ਬਾਅਦ ਆਈ ਨਹੀਂ ਅਸਰ ਉਹਨੇ ਬਚਾਲਤੇ ਵਾਲੀ ਸਾਈਡ ਅੱਛਾ ਬਚਾਲਤੇ ਉੱਥੇ ਵੀ ਬੱਤੀ
बिल्कुल बत्ती बंद है, बिल पूरी रात बंद है, सवेरे आई गई नहीं बत्ती, सवेरे भी नहीं आई बिल्कुल जी। अपने बिल पे नहीं करते जिन्होंने कुंडियां पाई दी तुम कट्टो रिलीफ तो दो, बाकी सुख साइज टाइमली जो बिल पे कराने साढ़ा की कसूर है। कसूरवार वो लोग जो बिल नहीं पे करते, कसूरवार वो लोग जो मिस यूज करा बिजली के, कसूरवार वो लोग जो अपने कुंडियां पाइए कम चला दे, मेरा क्या कसूर है, इंदा क्या कसूर है, इंदा क्या कसूर है। दुकानदार अस पक्खे दे थल्ले बैठने की शुक्र करने हैं, लेकिन देखो तो बिजली गई, ले लो अपनी अखबार झोलते रहो, इनवर्टर भी किन्नी देर चलनगे, अल्टीमेटली वह भी अपने उनकी कोई शड्यूल है, उनका कोई टाइम है, वह भी जवाब दे देंदे। अल्टीमेटली कहना मैं मेरा मतलब यह है, ऐसे बड़ी बड़ी गौरमेंटा दिखियां, बड़े बड़े इंदे को असें उम्मीदा करी इन्हें वोट पाए इन्हें जिताए, लेकिन अज अस जम्मू की जनता हेल्पलैस शो कराने अपने आप की कसूरवार दिखाने भाई असें लोकें इन्हें क्यों इलैक्ट किया। इन शॉर्ट मैं ये कहेंगा भाई अस जम्मू के लोग अज भी ठगोई करने जियां अस पहले ठगोंदे आए। कितनी दिक्कत आती अग करनी? बहुत ज़्यादा आती, थोड़ी 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 आई करती, बहुत ज़्यादा आई करती, कस्टमर बिल्कुल नहीं है मार्केट के बिच, तो परसीना परसीना कस्टमर तो खलोंदा ही नहीं, बत्ती होग तो खलोग ना, तो वो कारण तो खलो ही नहीं करता कस्टमर भी, ये चीज़ आई करती है। अपील करना चाहिए सरकार वास्ते, ये अपील करना चाहना बत्ती तो देो सू, और कुछ नहीं है तो बत्ती तो दियो ना। क्या अंकल तुम्हारा? मेरा नाम कुलदीप जी है। तुम मुझे ये दसो कल एक बरखा पई है, कितनी चेर तक तुम्हारे इलाके जी बत्ती बंद रही? जो बरखा जो पई ना उसके बाद पहले बिजली बंद थी, उस तो पहले भी बंद थी? बंद थी पहले। अच्छा, उसके बाद थोड़ी देर आई फिर बंद हुई, 7 बजे गाना बंद करे साड़ी बिजली बंद हो गई। किहड़े पास रोने वाले हो? सरकार ये आखना है, देखो इसे काम काम कैसे नहीं करना, अक्सर अगे बड़े कर्ज लिबड़े अभी बैंक जी कुछ पका गया, बिजली भी नहीं आओग तो काम नहीं, अच्छा कुछ बचे आगे तुंदा? मेरा नाम गीता है। आंटी तुम मेरे दसो किस 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 इलाके रोने आए? अस जम्मू दे गै रोने आ रहे हैं। जम्मू केड़ी बक्खी? ए कलजनी प्योके। अच्छा, ते डगाने सोरिए। ते तुस मिगी ए दसो कि तुंदे इन दोनों इलाके च बत्ती दा के किस हाल है? बड़ा बुरा हाल है, आंदी नहीं बत्ती, पिछे ये गर्मियों पेइयां जड़ियां ते सारा सारा दिन बत्ती बंद रही, अस इ'यां बैठे रहे नगे नहर कोल ही ते जाइए ते बेही जंदे हे, ते जम्मू भी इ'यै हाल, शहर भी इ'यै हाल है, उधर भी इ'यै हाल है, शहर च भी इ'यै हाल है, ग्रां आह्ले बक्खी भी इ'यै हाल है, ते ग्राएं च भी इ'यै हाल है। ये है कि सरकार ने भी दिखना चाहिदा, कट लाओ लाओ कट, लेकिन स्हाबी स्हाबी कट लाओ। दिहाड़ी च किन्ने बारी कट होआ दे? इक बारी थोड़ी होंदा दिहाड़ी च, पता नहीं 10 मिंट बत्ती आंदी है। अच्छा, ते किन्ने बारी? दो घंटे बंद रौंदी, दो त्रै त्रै घंटे बंद रौंदी, हुन भी तक्को कल्ला राती बत्ती बंद है अजे तक नहीं। कल राती बरखा पई ही? गवर्नमेंट की दिखना चाहिदा भाई के है ते के नहीं, ठीक है सब कुछ दिखना चाहिदा, जे उन्हें वोट लैने ते सब कुछ करना चाहिदा, ठीक है नी, हर एक चीज करनी चाहिदी जेहदे कन्नै पब्लिक की दुख नहीं होवे।